ਮਾਰਨਿੰਗ ਫਰੈਂਡਸ, ਆਈ ਹੋਪ ਤੁਸੀਂ ਸਾਰੇ ਵਧੀਆ ਫੀਲ ਕਰਦੇ ਹੋਵੋਗੇ। ਮੇਰਾ ਨਾਮ ਸਨੀ ਐਂਡ ਤੁਹਾਨੂੰ ਚੈਨਲ ਦਾ ਮੇਰਾ ਪਤਾ ਹੀ ਹੈ, ਸਟੋਮ ਰੇਡੀਏਟਰ। ਅੱਜ ਸਾਡਾ ਕੁਛ ਪਲੈਨਸ ਆ, ਮੈਂ ਮੇਰਾ ਬ੍ਰਦਰ ਰਾਜਾ ਜੀ ਉਹ ਲੁਧਿਆਣੇ ਆ ਅਤੇ ਮੈਂ ਆਪਣੇ ਪਿੰਡ। ਸਾਡੇ ਕੁਛ ਪਲੈਨਸ ਬਣੇ ਆ ਅਤੇ ਅਸੀਂ ਘੁੰਮਣ ਚੱਲੇ ਹਾਂ। ਮੈਂ ਤੁਹਾਨੂੰ ਦੱਸੂੰਗਾ ਨਹੀਂ ਵੀ ਮੈਂ ਕਿੱਧਰ ਜਾ ਰਿਹਾ, ਪਰ ਜਿੱਦਾਂ ਜਿੱਦਾਂ ਮੇਰਾ ਵਲੌਗ ਚੱਲਦਾ ਜਾਊਗਾ ਤੁਹਾਨੂੰ ਪਤਾ ਲੱਗਦਾ ਰਹੂਗਾ ਅਸੀਂ ਕਿੱਧਰ ਕਿੱਧਰ ਜਾ ਰਹੇ ਹਾਂ। ਇੱਕ ਹੋਰ ਤੁਹਾਨੂੰ ਚੀਜ਼ ਇਨਫੋਰਮ ਜ਼ਰੂਰੀ ਗੱਲ ਦੱਸਣੀ, ਮੈਂ ਆਲੂ ਗੋਭੀ ਦੀ ਰੋਟੀ ਖਾਧੀ ਵਿਦ ਮੱਖਣ, ਇੰਨਾ ਮਜ਼ਾ ਆਇਆ। ਤੁਸੀਂ ਪ੍ਰੀਵੀਅਸਲੀ ਦੇਖਿਆ ਮੈਨੂੰ ਕਿੱਦਾਂ ਖਾ ਰਿਹਾ ਸੀਗਾ। ਮੈਂ ਬੋਲ ਇਸ ਲਈ ਨਹੀਂ ਰਿਹਾ ਸੀਗਾ ਕਿਉਂਕਿ ਰੋਟੀ ਖਾਂਦੇ ਸਮੇਂ ਬੋਲਣਾ ਨਹੀਂ ਚਾਹੀਦਾ, ਇਸ ਲਈ ਤੁਹਾਨੂੰ ਹੁਣ ਦੱਸ ਰਿਹਾ। ਮੈਂ ਆਲੂ ਗੋਭੀ ਵਾਲੀ ਰੋਟੀ ਸੀਗੀ ਅਤੇ ਸਪੈਸ਼ਲੀ ਨਾਲ ਦੌਣ ਦਾ ਮੰਜਾ, ਉਹ ਫੁੱਲ ਮਜ਼ਾ ਆ ਰਿਹਾ ਸੀਗਾ। ਐਨੀਵੇਜ਼ ਲੇਟ ਹੋ ਰਹੇ ਹਾਂ ਅਤੇ ਮਿਲਦੇ ਹਾਂ ਆਪਾਂ ਰੋਡ ਦੇ ਉੱਪਰ। ਅਸੀਂ ਮੈਂ ਔਰ ਮੇਰੇ ਰਾਜਾ ਭਾਅ ਜੀ ਲੁਧਿਆਣੇ ਤੋਂ, ਜਿਹੜੇ ਤੁਹਾਨੂੰ ਦੱਸਿਆ ਸੀਗਾ ਮੈਂ ਪਹਿਲਾਂ ਵੀ, ਅਸੀਂ ਜਾ ਰਹੇ ਹਾਂ ਚੰਡੀਗੜ੍ਹ। ਸਾਡਾ ਚੰਡੀਗੜ੍ਹ ਦਾ ਪ੍ਰੋਗਰਾਮ ਬਣਿਆ ਅਤੇ ਉੱਥੇ ਜਾ ਕੇ ਕੁਛ ਸ਼ੋਪਿੰਗ ਕਰਨੀ ਹੈ ਅਸੀਂ, ਹੋਰ ਕਾਫੀ ਜੋ ਵੀ ਉੱਥੇ ਦੇਖਣ ਵਾਲਾ ਹੋਊਗਾ ਤੁਹਾਨੂੰ ਮੈਂ ਦਿਖਾਊਂਗਾ ਆਪਣੇ ਵਲੌਗ ਵਿੱਚ ਅੱਗੇ ਤੋਂ ਅੱਗੇ। ਹਾਲੇ ਅਸੀਂ ਜਾ ਰਹੇ ਹਾਂ ਸਮਰਾਲੇ ਤੋਂ ਚੰਡੀਗੜ੍ਹ ਅਤੇ ਤੁਹਾਨੂੰ ਮੈਂ ਦਿਖਾਉਂਦਾ ਰੂਟ, ਔਰ ਮੈਂ ਟਰਾਈ ਕਰੂੰਗਾ ਕਿ ਰਸਤੇ ਵਿੱਚ ਡਰੋਨ ਉਡਾਉਣ ਦੀ, ਜਿੱਦਾਂ ਹੀ ਮੇਰਾ ਪਲੈਨ ਬਣੂਗਾ ਡਰੋਨ ਉਡਾਉਣ ਦਾ ਅਤੇ ਆਈ ਵਿਲ ਲੈਟ ਯੂ ਨੋ। ਜਦ ਤੱਕ ਤੁਸੀਂ ਦੇਖੋ ਰੋਡ ਕਿੱਦਾਂ ਦਾ ਇੰਡੀਆ ਦੇ। ਜੇਕਰ ਤੁਸੀਂ ਰਾਜਾ ਢਾਬੇ 'ਤੇ ਆਉਂਦੇ ਆ ਤਾਂ ਟਰਾਈ ਕਰੋ ਟਿੱਕੀ, ਬਹੁਤ ਵਧੀਆ ਟਿੱਕੀ ਆ, ਇੰਨੀ ਜ਼ਿਆਦਾ ਟੇਸਟੀ ਆ। ਅਸੀਂ ਰੀਸੈਂਟਲੀ ਹੁਣੇ ਇੱਥੇ ਖਾਣਾ ਖਾ ਲਿਆ, ਬਹੁਤ ਵਧੀਆ ਲੱਗਿਆ। ਹੁਣ ਤੁਹਾਨੂੰ ਇੱਕ ਵਾਰੀ ਮੈਂ ਡਰੋਨ ਸ਼ੋਟ ਤੁਹਾਨੂੰ ਦਿਖਾ ਦਿੰਦਾ ਕਿ ਕਿੱਦਾਂ ਕਿੱਥੇ ਹੈਗਾ ਐਗਜੈਕਟਲੀ ਅਤੇ ਰਾਜਾ ਰੈਸਟੋਰੈਂਟ ਜਿਹੜਾ ਢਾਬਾ ਆ ਕਿੱਦਾਂ ਲੱਗ ਰਿਹਾ, ਤੁਹਾਨੂੰ ਮੈਂ ਦਿਖਾਉਂਦਾ ਹੁਣ ਨੈਕਸਟ ਡਰੋਨ ਸ਼ੋਟ। ਇਹ ਆਪਣਾ ਆ ਗਿਆ ਖਰੜ ਅਤੇ ਟ੍ਰੈਫਿਕ ਬਹੁਤ ਬੁਰਾ ਹਾਲ ਹੋਇਆ ਰੱਖਿਆ ਟ੍ਰੈਫਿਕ ਦਾ, ਸਾਨੂੰ 20 ਮਿੰਟ ਹੋ ਗਏ ਇੱਥੇ ਫਸੇ ਨੂੰ ਟ੍ਰੈਫਿਕ ਦੇ ਵਿੱਚ ਅਤੇ ਰੋਡ ਵਰਕਸ ਚੱਲ ਰਹੇ ਆ। ਹਾਲੇ ਪਤਾ ਨਹੀਂ ਕਿੰਨਾ ਹੋਰ ਟਾਈਮ ਲੱਗੂਗਾ ਚੰਡੀਗੜ੍ਹ ਪਹੁੰਚਣ ਨੂੰ। ਅਸੀਂ ਖਰੜ ਤੋਂ ਚੰਡੀਗੜ੍ਹ ਪਹੁੰਚ ਗਏ ਹਾਂ, ਆ ਚੰਡੀਗੜ੍ਹ ਦੀ ਹੱਦ ਸ਼ੁਰੂ ਹੋ ਗਈ ਆ। ਰੋਡਸ ਆਰ ਮੱਚ ਬੈਟਰ ਦੈਨ ਪੰਜਾਬ ਅਤੇ ਕਾਫੀ ਵਧੀਆ ਲੱਗ ਰਹੇ ਆ ਚੰਡੀਗੜ੍ਹ ਆ ਕੇ। ਬਾਕੀ ਤੁਹਾਨੂੰ ਮੈਂ ਹੋਰ ਵੀ ਦਿਖਾਊਂਗਾ ਕਿਉਂਕਿ ਅਸੀਂ ਸਿਰਫ ਅਸੀਂ ਐਂਟਰ ਕੀਤੇ ਆ, ਮੈਂ ਕਿਹਾ ਵਾਈ ਨੋਟ ਕਿ ਤੁਹਾਨੂੰ ਵੀ ਦਿਖਾਵਾਂ ਐਂਟਰੈਂਸ ਜਿਹੜੀ ਚੰਡੀਗੜ੍ਹ ਦੀ ਆ।
ਹੋਈ ਆ 12 ਫਰਵਰੀ 2019 ਟਾਈਮ ਹੋ ਗਿਆ ਆ ਆਲਮੋਸਟ 2:15 ਹੋ ਗਏ ਆ ਅਸੀਂ ਨਿਕਲੇ ਹੋਏ ਆ 11 ਵਜੇ ਦੇ ਆਪਣੇ ਘਰੋਂ ਅਤੇ ਰੋਡ ਕੰਡੀਸ਼ਨਸ ਇੰਨੀਆਂ ਵਧੀਆ ਨਹੀਂ ਸੀਗੀਆਂ ਇਸ ਕਰਕੇ ਟਾਈਮ ਇੰਨਾ ਲੱਗ ਗਿਆ ਐਨੀਵੇਜ਼ ਹੋਪਫੁਲੀ ਅਸੀਂ ਹੋਰ 10-15 ਮਿੰਟ ਪਹੁੰਚ ਜਾਵਾਂਗੇ ਅਗੇਨ ਵੈਲਕਮ ਬੈਕ ਅਸੀਂ ਇਲਾਂਟੇ ਮੋਲ ਦੇ ਵਿੱਚ ਪਹੁੰਚ ਰਹੇ ਹਾਂ ਚੰਡੀਗੜ੍ਹ ਵਿੱਚ ਅਤੇ ਸ਼ੋਪਿੰਗ ਕਰਨੀ ਆ ਅਤੇ ਟਾਈਮ ਕਾਫੀ ਹੋ ਗਿਆ ਅਤੇ ਟੈਕਸੀ ਹੋਪ ਫੋਰ ਦਾ ਬੈਸਟ ਇਲਾਂਟੇ ਮੋਲ ਦੇ ਵਿੱਚ ਦਿਖਾਉਂਦੇ ਹਾਂ ਸਾਡਾ ਅੱਜ ਫਿਨਿਸ਼ ਹੋ ਗਿਆ ਇਲਾਂਟੇ ਮੋਲ ਵਿੱਚ ਹਜੇ ਵੀ ਅਸੀਂ ਇਲਾਂਟੇ ਮੋਲ ਵਿੱਚ ਬੈਠੇ ਹਾਂ ਇਹ ਜਿਹੜਾ ਵਲੋਗ ਆ ਮੈਂ ਇੱਥੇ ਫਿਨਿਸ਼ ਕਰ ਰਹੇ ਹਾਂ ਕਿਉਂਕਿ ਹਨੇਰਾ ਹੋ ਗਿਆ ਅਤੇ ਬਸ ਹੁਣ ਅਸੀਂ ਟਰੈਵਲ ਕਰਨਾ ਹੈ ਟੂਵਰਡਸ ਲੁਧਿਆਣਾ ਅਤੇ ਕਾਫੀ ਅਸੀਂ ਵਧੀਆ ਖਾਧਾ ਪੀਤਾ ਕਾਫੀ ਇੰਜੋਏ ਕੀਤਾ ਬੋਲਿੰਗ ਕੀਤੀ ਹੋਰ ਵੀ ਕਾਫੀ ਅਸੀਂ ਫਨ ਕੀਤਾ ਮੈਂ ਵੀਡੀਓ ਤਾਂ ਹੋਰ ਬਣਾਉਣੀ ਸੀਗੀ ਅਨਫੋਰਚੁਨੇਟਲੀ ਕੀ ਹੋਇਆ ਕਿ ਅੰਦਰ ਕੈਮਰਾ ਅਲਾਊਡ ਨਹੀਂ ਸੀਗਾ ਵੀਡੀਓ ਬਣਾਉਣੀ ਸਿਰਫ ਮੋਬਾਈਲ ਦੇ ਥਰੂ ਅਸੀਂ ਫੋਟੋ ਕੈਪਚਰ ਕਰ ਸਕਦੇ ਸੀਗੇ ਇਸ ਲਈ ਬਹੁਤੇ ਕਾਫੀ ਵਧੀਆ ਸ਼ਾਰਟਸ ਮੈਂ ਨਹੀਂ ਲੈ ਸਕਿਆ ਅਤੇ ਆਈ ਹੋਪ ਕਰਦਾ ਕਿ ਤੁਹਾਨੂੰ ਆਹ ਵਲੋਗ ਵਧੀਆ ਲੱਗੂਗਾ ਜੇ ਵਧੀਆ ਲੱਗਿਆ ਤੁਹਾਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਚੈਨਲ ਨੂੰ ਅਤੇ ਮਿਲਦੇ ਹਾਂ ਆਪਾਂ ਆਪਣੇ ਨੈਕਸਟ ਵਲੋਗ ਵਿੱਚ ਟਿਲ ਦੈਨ ਟੇਕ ਕੇਅਰ